ਤੁਹਾਡਾ ਕੀ ਨਾਮ ਹੈ? ਮੈਂ ਕਿਰਨਜੀਤ ਸਿੰਘ ਗਹਿਰੀ, ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ। ਅਸੀਂ ਧੋਬੀਆਣਾ ਬਸਤੀ 'ਚ ਖੜ੍ਹੇ ਹਾਂ। ਜਿਹੜੀ ਬਸਤੀ ਮੇਰਾ ਖਿਆਲ ਹੈ ਵੀ 50-60 ਸਾਲ ਤੋਂ ਪੁਰਾਣੀ ਬਸਤੀ ਹੈ। ਇੱਥੇ ਲੋਕਾਂ ਨੇ ਆਪਣੇ ਪੱਕੇ ਮਕਾਨ ਬਣਾਏ ਹੋਏ ਹੈ ਅਤੇ ਇੱਥੇ ਸਾਰਾ ਹੀ ਟੋਟਲੀ SCBC ਭਾਈਚਾਰਾ ਰਹਿੰਦਾ ਹੈ, ਦਲਿਤ ਭਾਈਚਾਰਾ, ਗਰੀਬ ਵਰਗ ਦੇ ਲੋਕ, ਜਿਹੜੇ ਦਿਹਾੜੀ ਮਜ਼ਦੂਰੀ, ਕੋਈ ਵਿਚਾਰਾ ਰਿਕਸ਼ਾ ਚਲਾਉਂਦਾ, ਕੋਈ ਵਿਚਾਰਾ ਰੇਹੜੀ ਲਾਉਂਦਾ, ਛੋਟੇ ਮੋਟੇ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ, ਬੀਬੀਆਂ ਵਿਚਾਰੀਆਂ ਕੋਈ ਘਰਾਂ 'ਚ ਕੰਮ ਕਰਦੀਆਂ। ਤੋ ਇਹ ਗਰੀਬ ਪਰਿਵਾਰ ਜਿਹੜੇ ਹੈ, ਇਹਨਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਮਕਾਨ ਇੱਥੇ ਬਣਾਏ ਹੈ। ਤੋ ਮਕਾਨ ਬਣਾ ਕੇ ਰਹਿ ਰਹੇ ਹੈ। ਪਹਿਲਾਂ ਵੀ 2-3 ਵਾਰ ਇਸ ਧੋਬੀਆਣਾ ਬਸਤੀ ਨੂੰ ਉਜਾੜਨ ਦਾ ਯਤਨ ਕੀਤਾ ਗਿਆ। ਉਦੋਂ ਵੀ ਅਸੀਂ ਕਿਹਾ ਸੀ ਕਿ ਇਹ ਬਾਬਾ ਸਾਹਿਬ ਅੰਬੇਡਕਰ ਨਗਰ ਹੈ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਗਰੀਬਾਂ ਦਾ ਦੇ ਲਈ ਕੰਮ ਕੀਤਾ ਅਤੇ ਇਹ ਅੰਬੇਡਕਰ ਨਗਰ ਉਦੋਂ ਵੀ ਅਸੀਂ ਨਾਂ ਰੱਖਿਆ ਸੀ ਅਤੇ ਉਦੋਂ ਵੀ DC ਹੁੰਦੇ ਸੀ ਮਿਸਟਰ ਲੱਦੜ, ਉਹਨਾਂ ਨੂੰ ਅਸੀਂ ਮਿਲੇ ਸੀ ਅਤੇ ਉਹਨਾਂ ਨੇ ਇੱਕ ਸਰਕਾਰ ਨੂੰ ਚਿੱਠੀ ਲਿਖੀ ਸੀ ਉਸ ਟਾਈਮ ਵੀ ਕਿ ਇਹਨਾਂ ਨੂੰ ਉਜਾੜਿਆ ਨਾ ਜਾਵੇ, ਇਹਨਾਂ ਨੂੰ ਇੱਥੇ ਹੀ ਅਡਜਸਟ ਕੀਤਾ ਜਾਵੇ। ਉਦੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਹੁਣ ਫਿਰ ਕੱਲ੍ਹ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ 'ਚ ਇੱਥੋਂ ਦੇ MLA ਜਗਰੂਪ ਸਿੰਘ ਗਿੱਲ, ਝਾੜੂ ਐਂਡ ਕੰਪਨੀ ਦੇ MLA ਆ, ਜਿਹੜੇ ਇਹ ਕਹਿ ਕੇ ਲੋਕ ਸਰਕਾਰ ਬਣੀ ਸੀ ਭਗਵੰਤ ਮਾਨ ਦੀ, ਕਿ ਭਗਵੰਤ ਮਾਨ ਜੀ ਤੁਸੀਂ ਕਿਹਾ ਸੀ, ਕੇਜਰੀਵਾਲ ਤੋਂ ਕਿਹਾ ਸੀਗਾ ਕਿ ਗਰੀਬਾਂ ਦੀ ਸਰਕਾਰ ਹੈ ਤੇ ਝਾੜੂ ਚੋਣ ਨਿਸ਼ਾਨ ਲੈ ਕੇ ਕਿ ਗਰੀਬਾਂ ਨੂੰ ਇਹ ਭਰੇਖਾ ਪਾਉਣ ਦਾ ਯਤਨ ਕੀਤਾ ਕਿ ਸ਼ਾਇਦ ਗਰੀਬਾਂ ਦੀ ਪਾਰਟੀ ਹੈ, ਤੇ ਸਾਡੇ ਇਹ ਭੋਲੇ ਭਾਲੇ ਲੋਕ ਤੁਹਾਡੇ ਸ਼ਰਾਬੇ 'ਚ ਆ ਗਏ। ਤੇ ਹੁਣ ਤੁਹਾਡਾ MLA ਜਗਰੂਪ ਗਿੱਲ ਇਹ ਕਹਿ ਰਿਹਾ ਕਿ ਝੁੱਗੀਆਂ ਝੌਪੜੀਆਂ। ਜਗਰੂਪ ਗਿੱਲ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਤੁਸੀਂ ਬਠਿੰਡੇ ਦੇ MC ਵੀ ਰਹੇ ਹੋ, ਤੁਸੀਂ ਕਿਸੇ ਗਲੀ ਤੋਂ ਨਾ ਵਾਕਫ ਵੀ ਨਹੀਂ ਹੈਗੇ, ਤੁਸੀਂ ਇਹਨਾਂ ਬਣੇ ਹੋਏ ਮਕਾਨਾਂ ਨੂੰ ਜਿਹੜਾ ਝੁੱਗੀਆਂ ਕਹਿਣਾ, ਮੈਂ ਕਹਿਣਾ ਅਤਿ ਨਿੰਦਣਯੋਗ ਕਾਰਵਾਈ ਹੈ। BJP ਦਾ ਸਰੂਪ ਚੰਦ ਸਿੰਗਲਾ ਉਹ ਵੀ ਕਹਿ ਰਿਹਾ ਕਿ ਮੈਂ ਅਸੀਂ ਸਹਿਮਤੀ ਦੇ ਦਿੱਤੀ। ਬਾਈ ਤੁਸੀਂ ਤਾਂ ਪ੍ਰਾਪਰਟੀ ਡੀਲਰ ਹੋ, ਤੁਸੀਂ ਪ੍ਰਾਪਰਟੀ ਡੀਲਰ ਹੋ, ਕਲੋਨੀਆਂ ਕੱਟ ਕੇ ਲੋਕਾਂ ਦੇ ਸਸਤੇ ਭਾਅ 'ਚ ਜ਼ਮੀਨਾਂ ਲੈ ਕੇ ਮਹਿੰਗੇ ਭਾਅ 'ਚ ਬਣਾ ਬਣਾ ਕੇ ਵੇਚਦੇ ਹੋ, ਤੁਹਾਨੂੰ ਇਹ ਆਦਤਾਂ ਪਈਆਂ ਤੇ ਤੁਹਾਨੂੰ ਇਹ ਲੱਗਦਾ ਹੈ ਇਹ ਪ੍ਰਾਪਰਟੀ ਡੀਲਰਾਂ ਦੀ ਮੀਟਿੰਗ ਜਿਹੜੀ ਹੈ DC ਸਾਹਿਬ ਦੀ ਅਗਵਾਈ 'ਚ ਹੋਈ ਹੈ, ਇਹਨਾਂ ਪ੍ਰਾਪਰਟੀ ਡੀਲਰਾਂ ਦਾ ਜਵਾਬ ਦੇਣ ਵਾਸਤੇ ਅੱਜ ਅਸੀਂ ਸਮੁੱਚਾ ਧੋਬੀਆਣਾ ਬਸਤੀ ਦੇ ਲੋਕ, ਗਰੀਬ ਗੁਰਬੇ ਲੋਕ ਇਕੱਠੇ ਹੋਏ ਹਾਂ। ਇਕੱਠੇ ਹੋ ਕੇ ਅਸੀਂ ਇਹ ਫੈਸਲਾ ਲਿਆ ਕਿ ਸੋਮਵਾਰ ਨੂੰ ਅਸੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਚਿੱਠੀ ਦੇਵਾਂਗੇ, ਕਿਸੇ ਵੀ ਕੀਮਤ ਤੇ ਇਹ ਮਕਾਨ ਇੱਥੋਂ ਉਜਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ, ਭਾਵੇਂ ਕੋਈ ਵੀ ਕੁਰਬਾਨੀ ਕਿਸੇ ਵੀ ਕਿਸਮ ਦੀ ਸਾਨੂੰ ਕਰਨੀ ਪਵੇ। ਮੈਂ ਇੱਕ ਗੱਲ ਯਾਦ ਦਿਵਾਉਣਾ ਚਾਹੁੰਦਾ, ਅਸੀਂ ਇੱਕ ਲੜਾਈ ਲੜੀ ਸੀ ਲਾਲ ਲਕੀਰ ਖਤਮ ਕਰਾਉਣ ਵਾਸਤੇ, ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਬਣੀ ਤੇ ਸਰਕਾਰ ਇੱਕ ਬਿੱਲ ਲੈ ਕੇ ਆਈ, ਜਿਹੜੇ ਮਕਾਨ ਲਾਲ ਲਕੀਰ 'ਚ ਹੈ, ਜਿਹੜੇ ਦੇਹ ਸ਼ਾਮਲਾਟ 'ਚ ਹੈ, ਜਿਹੜੇ ਪੰਚਾਇਤੀ ਜਗ੍ਹਾ 'ਚ ਹੈ, ਜਾਣੀ ਕਿ ਜਿਹੜੇ ਵੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਬੈਠੇ ਆ ਲੋਕ, ਜਾਂ ਕੋਈ ਬਹੀ ਖਾਤਾ 'ਚ ਖਰੀਦ ਕੇ ਬੈਠੇ ਆ, ਉਹਨਾਂ ਸਾਰਿਆਂ ਨੂੰ ਮਕਾਨਾਂ ਦੇ ਮਾਲਕ ਬਣਾਇਆ ਜਾਵੇ। ਸਰਕਾਰ ਨੇ ਇਹ ਵੀ ਫੈਸਲਾ ਲਿਆ ਸੀ ਕਿ ਸਰਕਾਰੀ ਜ਼ਮੀਨਾਂ ਦੇ ਘੱਟ ਤੋਂ ਘੱਟ ਰੇਟ ਜਿਹੜੇ ਹੈ ਉਹ ਪੈਸੇ ਭਰਾ ਕੇ ਇਹਨਾਂ ਨੂੰ ਮਾਲਕੀਅਤ ਦਾ ਹੱਕ ਦਿੱਤਾ ਜਾਣਾ ਚਾਹੀਦਾ। ਤੇ ਬਈ ਯਾਰ ਤੁਸੀਂ ਉਹ ਫਾਈਲ ਨੂੰ ਕਿਉਂ ਦੱਬਿਆ ਹੋਇਆ? ਤੋ DC ਸਾਹਿਬ, ਤੁਹਾਨੂੰ ਕੱਲ ਰਾਜਨ ਗਰਗ ਜੀ ਨੇ ਵੀ ਮੀਟਿੰਗ ਦੇ ਵਿੱਚ ਬੇਨਤੀ ਕੀਤੀ ਸੀ ਤੇ ਮੈਂ ਕਿਰਨਜੀਤ ਗਹਿਰੀ ਵੀ ਤੁਹਾਨੂੰ ਇਹ ਸਮੁੱਚੇ ਗਰੀਬ ਭਾਈਚਾਰੇ ਵੱਲੋਂ ਇਹ ਬੇਨਤੀ ਕਰਦਾ, ਉਸ ਫਾਈਲ ਦੇ ਮੁਤਾਬਕ ਚੱਲੋ ਜਿਹਨੇ ਪੈਸੇ ਬਣਦੇ ਆ। 10 ਮਰਲੇ ਜਗ੍ਹਾ ਤਾਂ ਸਾਨੂੰ ਦੇਣੀ ਹੈ, ਇਹਦਾ ਕਾਨੂੰਨੀ ਤੌਰ ਤੇ ਹੱਕ ਹੈ। ਜਿਹਨੇ ਵੱਧ ਸਾਡੇ ਪੈਸੇ ਬਣਦੇ ਆ ਅਸੀਂ ਭਰਨ ਨੂੰ ਤਿਆਰ ਹਾਂ, ਪਰ ਜੇਕਰ ਤੁਸੀਂ ਇਸ ਤਰ੍ਹਾਂ ਧੱਕੇਸ਼ਾਹੀ ਕਰੋਗੇ, ਇਸ ਧੱਕੇਸ਼ਾਹੀ ਦਾ ਜਵਾਬ ਦੇਣ ਵਾਸਤੇ ਅਸੀਂ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਦੇ ਕੋਲ ਵੀ ਜਾਵਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ, ਸੜਕ ਦੇ ਲੜਨੀ ਪਈ ਲੜਾਂਗੇ। ਇੱਕ DC ਸਾਹਿਬ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ, ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਕੱਲ ਦੀ ਤੁਹਾਡੀ ਮੀਟਿੰਗ ਦੇ ਵਿੱਚ ਕਿਹੜਾ ਸ਼ਡਿਊਲ ਕਾਸਟ ਨੁਮਾਇੰਦਾ, ਕਿਹੜਾ ਗਰੀਬਾਂ ਦਾ ਨੁਮਾਇੰਦਾ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਜਿਹਦੇ ਨਾਲ ਤੁਹਾਡੀ ਇਹ ਗੱਲਬਾਤ ਹੋਈ ਹੈ? ਤੇ ਉਸ ਲਈ ਕਿਸੇ ਵੀ ਕੀਮਤ ਤੇ ਧੋਬੀਆਂ ਨੂੰ ਉਜਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੇਰਾ ਨਾਮ ਜੀ ਗੁਰਪ੍ਰੀਤ ਆ।
ਗਰੀਬ ਗੁਰਬੇ ਰਹਿ ਰਹੇ ਆ ਤੇ ਸਭ ਨੇ ਵਧੀਆ ਮੁਕਾਮ ਪਾਏ ਆ ਕੋਠੀਆਂ ਚ ਕੰਮ ਕਰਕੇ। ਇਹ ਸਾਰਾ ਬਿਲਕੁਲ ਜਾੜ ਸੀ, ਸ਼ਾਮਲਾਟ ਜਗ੍ਹਾ ਸੀ, ਨਾ ਤਾਂ ਸਰਕਾਰ ਦਾ ਕੋਈ ਇੱਥੇ ਕਬਜ਼ਾ ਸੀ ਤੇ ਨਾ ਸਰਕਾਰ ਨੇ ਖਰੀਦੀ ਸੀ। ਜਦੋਂ ਇਹ 2 ਰੁਪਏ ਗਜ ਨੂੰ ਜਾਂ 3 ਰੁਪਏ ਗਜ ਨੂੰ ਚੱਲਦੀ ਸੀ ਉਦੋਂ ਸਰਕਾਰ ਕਿੱਥੇ ਗਈ ਸੀ, ਉਦੋਂ ਲੀਡਰ ਕਿੱਥੇ ਗਏ ਸੀ? ਅੱਜ ਸਣੀ ਆਪਦੇ ਟੋਏ ਭਰ ਕੇ ਪੱਧਰ ਜ਼ਮੀਨ ਕਰਕੇ ਅਸੀਂ ਆਪਦੇ ਘਰ ਪਾਈ ਬੈਠੇ ਹਾਂ, ਲੋਕਾਂ ਦੀਆਂ ਕੋਠੀਆਂ ਚ ਕੰਮ ਕਰਕੇ ਸਾਡੇ ਆਧਾਰ ਕਾਰਡ ਬਣੇ ਆ, ਵੋਟ ਕਾਰਡ ਬਣੇ ਆ, ਮੀਟਰ ਲੱਗੇ ਆ ਸਾਡੇ ਸਾਰੇ ਜਿੰਨੇ ਸਰਕਾਰ ਦੇ ਅਹੁਦੇ ਆ। ਜੇ ਅੱਜ ਅਸੀਂ ਆਧਾਰ ਕਾਰਡ ਲਾ ਕੇ, ਰਾਸ਼ਨ ਕਾਰਡ ਲਾ ਕੇ, ਵੋਟ ਕਾਰਡ ਲਾ ਕੇ ਬਾਹਰਲੇ ਦੇਸ਼ ਜਾ ਸਕਦੇ ਹਾਂ ਤੇ ਅਸੀਂ ਆਪਦੇ ਪੰਜਾਬ ਵਿੱਚ ਪੰਜਾਬੀ ਕਿਉਂ ਨਹੀਂ ਰਹਿ ਸਕਦੇ? ਅਸੀਂ ਇਸ ਜਗ੍ਹਾ ਤੇ ਰਹਿਣਾ, ਨਾ ਅੱਜ ਕਬਜ਼ਾ ਦਿੱਗੇ ਨਾ ਕੱਲ ਦਿੱਗੇ। ਰੂਪਗੰਜ ਦਾ ਕੱਲ ਇੱਕ ਬਿਆਨ ਆਇਆ ਮਾਤਾ ਕਿ ਉੱਥੇ ਲੋਕ ਜਿਹੜੇ ਰਹਿ ਰਹੇ ਨੇ ਆਪਾਂ ਝੁੱਗੀਆਂ 'ਚ ਰਹਿ ਰਹੇ ਨੇ, ਤੁਸੀਂ ਕਹਿਣਾ ਚਾਹੁੰਦੇ ਹੋ? ਸਾਡੇ ਜੀ ਮਕਾਮ ਦੇਖੇ ਜਾਣ, ਸਾਡੀਆਂ ਸੀੜੀਆਂ ਬਣੀਆਂ, ਅਸੀਂ ਮਕਾਮ ਬਣਾਏ ਆ, ਅੱਡੋ ਅੱਡੀ ਰਸੋਈਆਂ, ਜਿਸ ਤਰ੍ਹਾਂ ਜਗਰੂਪ ਗਿੱਲ ਦੇ ਆਸੇ ਪਾਸੇ ਵਧੀਆ ਮਕਾਮ ਪਏ ਆ, ਸਾਡੇ ਵੀ ਉਹਦੇ ਪੌੜੀਆਂ ਚੜੀਆਂ ਕੋਠੀਆਂ ਤਰ੍ਹਾਂ ਮਕਾਮ ਪਏ ਹੋਏ ਆ। ਅਸੀਂ ਇਹ ਜਾੜਾ ਨਹੀਂ ਹੋਣ ਦੇਵਾਂਗੇ, ਸਾਡੀਆਂ ਖੂਨ ਦੀਆਂ ਨਦੀਆਂ ਵਗ ਜਾਣ, ਬੱਚਾ ਬੱਚੀ ਅਸੀਂ ਜ਼ਿੰਦਗੀ ਗਵਾ ਦਿਆਂਗੇ, ਪਰ ਇਹ ਜਗ੍ਹਾ ਜਾਣ ਨਹੀਂ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਚੁੱਪ ਕਰ ਜੋ ਪਰਮਿੰਦਰ ਕੌਰ ਜੀ, ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਸਾਡੇ ਜਿਹੜਾ ਕੱਲ ਸਾਨੂੰ ਪਤਾ ਲੱਗਿਆ ਵੀ ਜਗਰੂਪ ਸਿੰਘ ਗਿੱਲ ਨੇ ਤੇ ਹੋਰ ਵੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਉੱਥੇ ਮੀਟਿੰਗ ਕੀਤੀ ਹੈ, ਉਹ ਮੋਬਾਈਲਾਂ ਤੇ ਵੀ ਆ ਗਈ ਤੇ ਅਖਬਾਰਾਂ ਚ ਵੀ ਆ ਗਈ ਹੈ। ਉਹਦੇ ਵਿੱਚ ਸਾਨੂੰ ਪਤਾ ਲੱਗਿਆ ਤੇ ਸਾਡੇ ਵੀਰ ਜੀ ਕਿਰਨਜੀਤ ਗਹਿਰੀ ਨੂੰ ਵੀ ਅਸੀਂ ਬੁਲਾਇਆ, ਹੋਰ ਵੀ ਸਾਡੇ ਸਾਰੇ ਭੈਣ ਭਰਾ ਸਾਥੀ ਸਾਡੇ ਇਕੱਠੇ ਹੋਏ ਨਾ, ਕਿ ਅਸੀਂ ਜਗਰੂਪ ਸਿੰਘ ਗਿੱਲ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਝੁੱਗੀ ਝੋਪੜਿਆਂ ਵਾਲਿਆਂ ਦੀਆਂ ਉਹਦੇ ਵੋਟਾਂ ਲੈਣ ਆਇਆ ਸੀ, ਉਹਦੇ ਸਾਡੇ ਮਕਾਨ ਪਾਏ ਸੀ, ਉਹਦੇ ਵੀ ਸਾਡੀਆਂ ਝੁੱਗੀਆਂ ਹੀ ਸੀ, ਸਾਥੋਂ ਵੋਟਾਂ ਲੈ ਕੇ ਸਾਰਾ ਕੁਛ ਕਰਕੇ ਅੱਜ ਫੇਰ ਸਾਡੇ ਤੇ ਐਡੀ ਦਫਾ ਜਮਾ ਚੁੱਕਿਆ ਇਹ। ਪਰ ਨਹੀਂ, ਇਹ ਗੱਲ ਕਦੇ ਵੀ ਨਹੀਂ ਹੋਊਗੀ, ਜਗਰੂਪ ਗਿੱਲ ਵੋਟਾਂ ਲੈ ਕੇ ਬੈਠ ਗਿਆ, ਸਾਡੀ ਕਦੇ ਗਰੀਬਾਂ ਦੀ ਸਾਰ ਲਈ ਆ? ਅੱਜ ਤੀਕਰ ਉਸਨੇ ਆ ਕੇ ਇੱਕ ਮਕਾਨ ਢਾਉਣ ਦਾ ਉਸਨੇ ਸਾਡੇ ਤੇ ਦਫਾ ਜਮਾ ਲਿਆ ਵੀ ਮਕਾਨ ਢਾਉਣੇ ਆ, ਵੇਚ ਕੇ ਹਵੇਲੀਆਂ ਪਾ ਲੂਗਾ ਸਾਡੇ ਗਰੀਬਾਂ ਦੇ ਘਰ ਢਾ ਢਾ ਕੇ? ਨਹੀਂ, ਅਸੀਂ ਬਹੁਤ ਚਿਰ ਤੋਂ ਸਾਡਾ ਕਬਜ਼ਾ, ਇੱਥੇ ਹੀ ਮਰਾਂਗੇ ਤੇ ਇੱਥੇ ਹੀ ਰਵਾਂਗੇ। ਸਾਡੀਆਂ ਝੁੱਗੀਆਂ ਨੀ, ਸਾਡੇ ਮਕਾਨ ਹੈ ਇਹ, ਮਕਾਨ ਹੈ ਸਾਡੇ ਇਹ, ਝੁੱਗੀਆਂ ਨੀ ਸਾਡੀਆਂ। ਸਾਡੇ ਘਰਾਂ ਦੇ ਵਿੱਚ ਆਣ ਕੇ ਵੇਖਿਆ ਕਦੇ ਜਗਰੂਪ ਗਿੱਲ ਨੇ ਵੀ ਝੁੱਗੀਆਂ ਕੇ ਮਕਾਨ ਹੈ? ਮਕਾਨ ਬਣਾ ਕੇ ਦੇਵਾਂਗੇ, ਉਸ ਤੋਂ ਬਾਅਦ ਅਸੀਂ ਉਹ ਲੈਣਾ ਹੀ ਨੀ ਜੀ, ਸਾਨੂੰ ਮਨਜ਼ੂਰ ਹੀ ਨੀ ਉਹ, ਅਸੀਂ ਲੈਣਾ ਹੀ ਨੀ, ਅਸੀਂ ਲੈਣਾ ਹੀ ਨੀ ਉਹ। ਅਸੀਂ ਸਕੂਲ ਚ ਮੀਟਿੰਗ ਹੋਈ ਸੀ ਡੀ ਸਾਹਿਬ ਨਾਲ, ਉੱਥੇ ਵੀ ਸਾਡੀ ਨਨਕਾਰ ਸੀ ਵੀ ਅਸੀਂ ਨਹੀਂ ਲੈਣਾ, ਹੁਣ ਵੀ ਸਾਡੀ ਨਨਕਾਰ ਆ ਵੀ ਅਸੀਂ ਨਹੀਂ ਲੈਣਾ, ਚਾਹੇ ਸਾਡੀ ਜਿੰਦ ਜਾਨ ਜਾਂਦੀ ਰਵੇ ਪਰ ਅਸੀਂ ਨਹੀਂ ਲੈਣਾ। ਅਸੀਂ ਬਲਡੋਜ਼ਰਾਂ ਦਾ ਮੂਹਰੇ ਪਾਵਾਂਗੇ, ਬਲਡੋਜ਼ਰਾਂ ਦੇ ਮੂਹਰੇ ਪਾਵਾਂਗੇ, ਸਾਡੇ ਜ਼ਿੰਮੇਵਾਰੀਆਂ ਸਾਡੀਆਂ ਜਿਹੜੀਆਂ ਸਰਕਾਰ ਨੂੰ ਹੋਣਗੀਆਂ, ਸਾਡੇ ਵੀਰ ਭਗਵੰਤ ਮਾਨ ਜੀ ਨੂੰ ਹੋਣਗੀਆਂ ਸਾਡੀਆਂ ਜ਼ਿੰਮੇਵਾਰੀਆਂ, ਬਲਡੋਜ਼ਰਾਂ ਦੇ ਮੂਹਰੇ ਪਾਵਾਂਗੇ, ਆਪਦੇ ਖੂਨ ਦਾ ਕਤਰਾ ਕਤਰਾ ਵਗਾਵਾਂਗੇ ਉੱਥੇ।